ਉਹ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਆ ਮੇਰੇ ਸਾਰੇ ਭਰਾਵਾਂ ਦਾ? ਸਭ ਠੀਕ ਠਾਕ ਵਧੀਆ ਜੀ। ਲਓ ਜੀ, ਅੱਜ ਆਪਾਂ ਦਿਖਾਉਂਦੇ ਹਾਂ ਤੁਹਾਨੂੰ ਬੱਚਿਆਂ ਵਾਲਾ ਖੁੱਡਾ। ਇਹ 'ਚ ਨੇ ਬਾਈ, ਖੁੱਡੇ ਦੇ ਵਿੱਚ ਇੱਕ 'ਚ ਪੱਠੀਆਂ ਕਰਤੀਆਂ ਆਪਾਂ ਨੇ, ਵਿੱਚ ਛੋਟੇ ਬੱਚੇ ਆ, ਅਤੇ ਜਿਹੜਾ ਪਤਾ ਲੱਗੀ ਜਾਊ ਨਾਰਾ ਉਹ ਨਾਲ ਦੇ ਖੁੱਡੇ 'ਚ ਆਪਾਂ ਕਰ ਦਾਂਗੇ। ਇਹਨਾਂ ਨੂੰ ਇੱਧਰਲੇ ਖੁੱਡੇ 'ਚ ਸ਼ਿਫਟਿੰਗ ਕੀਤੀ ਆ, ਇਹਨਾਂ ਦਾ ਖੁੱਡਾ ਆਪਾਂ ਨੇ ਸ਼ਿਫਟਿੰਗ ਕਰਤੀ ਇਹਨਾਂ ਦੇ ਖੁੱਡੇ ਦੀ, ਠੀਕ ਹੈ ਜੀ। ਅਤੇ ਹੁਣ ਧੁੱਪ ਨਿਕਲੀ ਹੋਈ ਅੱਜ, ਤਾਂ ਇਹਨਾਂ ਨੂੰ ਥੋੜ੍ਹਾ ਜਾਲ 'ਚ ਖੋਲ੍ਹਿਆ, ਜਾਲ 'ਚ ਡੋਲੀਆਂ ਆਪਾਂ ਚੱਕਦੀਆਂ, ਇੱਕ ਰਹਿ ਗਈ ਡੋਲੀ, ਉਹ 'ਚ ਬੱਚੇ ਆ, ਉਹ ਵੀ ਥੋੜ੍ਹੇ ਦਿਨਾਂ ਤੱਕ ਚੱਕ ਦਾਂਗੇ ਪਲ ਜਾਣ। ਅਤੇ ਇਹ ਕਰੋ ਜੀ ਸ਼ੌਂਕ ਆਪਣਾ ਉੱਡਣ ਵਾਲੇ ਬੱਚਿਆਂ ਦਾ, ਇਹ ਸਾਰੇ ਉੱਡਣ ਵਾਲੇ ਬੱਚੇ ਆ ਭਰਾਵੋ, ਠੀਕ ਹੈ ਜੀ। ਅਤੇ ਜਾਲ ਸਾਫ ਕਰਾਂਗੇ, ਇਹ ਕੱਲ੍ਹ ਉੱਧਰਲਾ ਕਰਤਾ ਸੀ ਅੱਜ ਸ਼ਾਮ ਨੂੰ। ਲਓ ਜੀ, ਛਤਰੀਆਂ ਰਹਿਣ ਦੀਆਂ ਆਪਾਂ ਉੱਤੇ, ਤਾਂ ਜੋ ਉੱਠ ਕੇ ਛਤਰੀ 'ਤੇ ਬੈਠੀ ਜਾਣ ਬੱਚੇ। ਵਿੱਚ ਥੋੜ੍ਹੇ ਜਿਹੇ ਬੱਚੇ ਆਪਾਂ ਘਜਾਏ ਨਹੀਂ ਸੀਗੇ ਇਸ ਵਾਰ, ਕਿਉਂਕਿ ਹੁਣ ਠੰਡ ਹੋ ਗਈ ਸੀ, ਲੇਟ ਪਲੇ ਨੇ, ਤਾਂ ਕਰਕੇ ਰਹਿ ਗਏ ਸੀ ਘਜਾਉਣ ਤੋਂ। ਤਾਂ ਤੁਸੀਂ ਦੇਖ ਸਕਦੇ ਹੋ, ਇਹ ਜੀ ਆਪਣੇ ਜਿਹੜੇ ਆਪਾਂ ਕੱਲ੍ਹ ਵੀਡੀਓ ਦੇ ਵਿੱਚ ਦਿਖਾਈਆਂ ਵੱਡੀਆਂ ਕਬੂਤਰੀਆਂ ਅਤੇ ਵੱਡੇ ਕਬੂਤਰ, ਉਹਨਾਂ ਦੇ ਬੱਚੇ ਇਹ ਘਰ ਦੇ ਆਪਣੇ, ਸਾਰੀ ਨੀਲੀਆਂ ਲਾਲ ਚੀਨੀਆਂ ਡੱਬੀਆਂ, ਠੀਕ ਆ ਜੀ, ਕਲ ਕੋਲਾਂ ਸਭ ਦੇ ਬੱਚੇ ਇਹਨਾਂ ਦੇ ਬੱਚੇ ਆ ਬਾਈ ਜੀ, ਠੀਕ ਆ ਜੀ। ਇਹ ਬੱਚੇ ਵੀ ਤੁਸੀਂ ਦੇਖ ਸਕਦੇ ਹੋ, ਉਹਨਾਂ ਦੇ ਨਾਲ ਦੀ ਆ, ਦੇਖੋ ਲਾਲ ਚੀਨੀਆਂ ਬੈਠੀਆਂ ਜਾਂਦਾ, ਠੀਕ ਆ ਜੀ। ਇਹਦੇ ਪਿੱਛੇ ਵੀ ਲਾਲ ਚੀਨੀਆਂ, ਭੂਰੀ ਚੀਨੀਆਂ, ਇਹਦੇ ਪਿੱਛੇ ਵੀ ਲਾਲ ਚੀਨੀਆਂ, ਇੱਧਰ ਵੀ ਬੈਠਿਆ ਲਾਲ ਚੀਨੇ, ਆਹ ਕਲ ਸਿਰੇ ਆ ਗਏ ਜੀ, ਕਾਲੇ ਚੀਨੀਆਂ 'ਚੋਂ ਆਪਣੇ, ਠੀਕ ਆ ਜੀ, ਕਾਲੇ ਚੀਨੀਆਂ ਹੁੰਦੇ ਆਪਣੇ ਡੱਬੀਆਂ ਦੇ ਬਾਈ ਜੀ, ਡੱਬੇ ਜਿਹੇ ਤਾਂ ਫਾਲੇ, ਆਹ ਬੈਠਾ ਜਿੱਦਾਂ ਡੋਲੀ ਦੇ ਥੱਲੇ ਡੱਬੀਆਂ ਵਾਲੀ ਧਾਫਾਂ ਵਾਲੀ, ਕਾਹ ਬੈਠੀ ਉੱਪਰ ਧਾਫ ਵਾਲੀ ਉਹਨਾਂ 'ਚ ਵੀ, ਠੀਕ ਹੈ ਜੀ। ਇੱਕ ਸਾਈਡ ਇਹਦੇ, ਬਾਕੀ ਚਿੱਟੀ ਹੈ ਇਹ ਸਾਰੀ ਦੂਜੀ ਸਾਈਡ, ਅਤੇ ਆਹ ਬੈਠੇ ਆ ਜੀ ਆਪਣੇ ਕੋਲ ਜਾਨਵਰ ਸਾਰੀ, ਉਹ ਲੱਗਦਾ ਪੁੱਠਾ ਨਿਕਲੂਗਾ, ਗੁੜਕਦਾ ਲੱਗਦਾ ਥੋੜ੍ਹਾ ਥੋੜ੍ਹਾ, ਅਤੇ ਉਹਨੂੰ ਸ਼ਿਫਟਿੰਗ ਕਰਦੇ ਹਾਂ, ਪੱਠਿਆਂ ਵਾਲੇ ਪੁੱਠੇ 'ਚ ਪਤਾ ਲੱਗ ਜੂਗਾ ਕੱਲ੍ਹ ਪੱਠੀ ਆ। ਇਹਦੇ ਵਿੱਚ ਤਕਰੀਬਨ 8-10 ਬੱਚੀ ਹੈ, ਇਹ ਮੈਨੂੰ ਲੱਗਦਾ ਘਜਾਏ ਨਹੀਂ ਗਏ, ਸ਼ਾਇਦ 8-10 ਵੀ ਹਾਂ ਇੰਨੇ ਕੁ ਹੋਣਗੇ, ਅਤੇ ਬਾਕੀ ਸਾਰੇ ਗਿੱਜੇ ਹੋਏ ਆ ਬਾਈ ਆਪਣੇ ਕੋਲ, ਟੋਟਲੀ ਪੂਰ ਸਾਰਾ ਉੱਡ ਗਿਆ ਆਪਣੇ ਕੋਲ, 2-2, 3-3 ਵਜੇ ਤੱਕ, 4 ਵਜੇ ਤੱਕ ਵੀ ਉੱਡੇ ਹੋਏ ਆ, ਵਿੱਚ ਹਨੇਰਾ ਵੀ ਪਾਇਆ, 2-4 ਥੋੜ੍ਹੇ ਬੱਚਿਆਂ ਨੇ। ਇਹ ਸਾਰੀ ਆਪਣੇ ਉਹੀ ਹੈ ਜੀ, ਇਹ ਪੱਠੀਆਂ ਵਾਲਾ, ਠੀਕ ਹੈ ਜੀ, ਇਹ 'ਚ ਪੱਠੀਆਂ ਨੇ, ਇਹਨਾਂ ਨੂੰ ਬੰਦ ਕਰਦੇ ਨੇ ਉੱਧਰ, ਪੱਠੇ ਜਿਹੜੇ ਉਹ ਵੀ ਤੁਹਾਨੂੰ ਦਿਖਾਉਣੇ, ਉਹਨਾਂ ਦਾ ਵੀ ਕਰਾਉਣੇ ਸ਼ੌਂਕ ਇੰਨੇ ਇਹਨਾਂ ਨੂੰ ਕਰਦੇ ਜੀ ਬੰਦ, ਅਤੇ ਰੱਖ ਦਿੰਦੇ ਆਪਾਂ ਉਹਨਾਂ ਨੂੰ ਮੇਰੇ ਭਰਾ।